ਬੀਤੇ ਕਰੀਬ 10 ਦਿਨ ਪਹਿਲਾਂ ਕਿਸਾਨ ਦੀ 23 ਸਾਲ ਦੀ ਧੀ ਨਵਦੀਪ ਕੌਰ ਦੀ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਬ੍ਰੇਨ ਹੈਮਰੇਜ ਦੇ ਨਾਲ ਮੌਤ ਹੋ ਗਈ ਸੀ ਤੇ ਹੁਣ 10 ਦਿਨਾਂ ਬਾਅਦ ਨਵਦੀਪ ਦੀ ਮ੍ਰਿਤਕ ਦੇ ਉਸਦੇ ਘਰ ਪਹੁੰਚੀ ਹੈ। ਜਿਵੇਂ ਹੀ ਨਵਦੀਪ ਦੀ ਮ੍ਰਿਤਕ ਦੇ ਉਸਦੇ ਘਰ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ, ਕਿਉਂਕਿ ਨਵਦੀਪ ਨੂੰ ਬੜੇ ਹੀ ਚਾਵਾਂ ਦੇ ਨਾਲ ਪਰਿਵਾਰ ਨੇ ਕੈਨੇਡਾ ਭੇਜਿਆ ਸੀ ਕਿ ਉਹ ਬੁਢਾਪੇ ਦੇ ਵਿੱਚ ਉਹਨਾਂ ਦਾ ਸਹਾਰਾ ਬਣੇਗੀ। ਪਰ ਉਸਦੀ ਮ੍ਰਿਤਕ ਦੇਹ ਨੇ ਪਰਿਵਾਰ ਨੂੰ ਸਦਮੇ ਦੇ ਵਿੱਚ ਪਾ ਦਿੱਤਾ, ਕਿਉਂਕਿ ਪੀੜਿਤ ਕਿਸਾਨ ਨੇ ਲੱਖਾਂ ਰੁਪਏ ਖਰਚ ਕਰਕੇ ਅਤੇ ਕਰਜ਼ਾ ਚੁੱਕ ਕੇ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ। ਨਵਦੀਪ ਕੌਰ ਨਾਭਾ ਦੇ ਪਿੰਡ ਪਾਲੀਆਂ ਖੁਰਦ ਦੀ ਰਹਿਣ ਵਾਲੀ ਸੀ, ਜਿਸਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਹੁਣ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ। ਅੰਤਿਮ ਸੰਸਕਾਰ ਮੌਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਮੌਜੂਦ ਰਹੇ, ਉੱਥੇ ਹੀ ਪਿੰਡ ਦੇ ਵਿੱਚ ਮਾਹੌਲ ਗਮਗੀਨ ਵੀ ਰਿਹਾ। ਪਰਿਵਾਰ ਨੇ ਕਦੇ ਨਹੀਂ ਸੋਚਿਆ ਸੀ ਕਿ ਨਵਦੀਪ ਕੌਰ ਦੀ ਕੈਨੇਡਾ ਦੇ ਵਿੱਚ ਬ੍ਰੇਨ ਹੈਮਰੇਜ ਦੇ ਨਾਲ ਮੌਤ ਹੋ ਜਾਵੇਗੀ। ਨਵਦੀਪ ਕੌਰ 2 ਸਾਲ ਪਹਿਲਾਂ ਹੀ ਕੈਨੇਡਾ ਦੇ ਵਿੱਚ ਆਪਣਾ ਭਵਿੱਖ ਬਣਾਉਣ ਲਈ ਗਈ ਸੀ, ਪਰ ਬ੍ਰੇਨ ਹੈਮਰੇਜ ਦੇ ਨਾਲ ਉਸਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਨਵਦੀਪ ਕੌਰ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਅਤੇ ਜਗਪਾਲ ਸਿੰਘ ਨੇ ਦੱਸਿਆ ਕਿ ਨਵਦੀਪ ਕੌਰ ਨੂੰ ਬੜੀ ਹੀ ਮਿਹਨਤ ਦੇ ਨਾਲ ਲੱਖਾਂ ਰੁਪਏ ਲਗਾ ਕੇ ਕਰਜ਼ਾ ਚੁੱਕ ਕੇ ਉਸਨੂੰ ਵਿਦੇਸ਼ ਭੇਜਿਆ ਸੀ। 2 ਸਾਲ ਦੀ ਉਸਨੇ ਪੜ੍ਹਾਈ ਵੀ ਪੂਰੀ ਕਰ ਲਈ ਸੀ, ਪਰ ਜਦੋਂ ਹੁਣ ਕਰਜ਼ੇ ਦੀ ਪੰਡ ਉਤਾਰਨ ਦਾ ਸਮਾਂ ਆਇਆ ਤਾਂ ਉਸਨੂੰ ਬ੍ਰੇਨ ਹੈਮਰੇਜ ਹੋ ਗਿਆ, ਜਿਸਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਅਤੇ NRI ਦੀ ਮਦਦ ਦੇ ਨਾਲ ਉਸਦੀ ਮ੍ਰਿਤਕ ਦੇ ਘਰ ਲਿਆਂਦੀ ਗਈ ਅਤੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰ ਪਰਿਵਾਰ ਦਾ ਲੱਖਾਂ ਰੁਪਏ ਦਾ ਕਰਜ਼ਾ ਅਜੇ ਵੀ ਸਿਰ ਤੇ ਬਾਕੀ ਹੈ, ਜਿਸ ਕਾਰਨ ਹੁਣ ਉਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਪਰਿਵਾਰ ਦੇ ਕਰਜ਼ੇ ਨੂੰ ਜਲਦੀ ਤੋਂ ਜਲਦੀ ਉਤਾਰੇ ਅਤੇ ਉਹਨਾਂ ਨੂੰ ਕਰਜ਼ਾ ਮੁਕਤ ਕਰੇ। ਬਹੁਤ ਮੰਦਭਾਗੀ ਘਟਨਾ ਹੋਈ ਹੈ, ਜੋ ਕਿ ਸਰਕਾਰਾਂ ਨੇ ਪੜ੍ਹਾਈਆਂ ਇੰਨੀਆਂ ਜ਼ਿਆਦਾ ਮਹਿੰਗੀਆਂ ਕਰ ਦਿੱਤੀਆਂ ਕਿ ਬੰਦੇ ਨੂੰ ਪ੍ਰੋਪਰਟੀ ਵੇਚ ਵੇਚ ਕੇ, ਮੇਰੇ ਭਰਾ ਨੇ ਸਾਰੀ ਪ੍ਰੋਪਰਟੀ ਵੇਚ ਵੇਚ ਕੇ ਆਪਣੇ ਬੱਚੇ ਦੇ ਉੱਪਰ ਲਾਤੀ। ਅਖੀਰ ਨੂੰ ਜਦੋਂ ਬੱਚੇ ਨੇ 2 ਸਾਲ ਦੀ ਪੜ੍ਹਾਈ ਪੂਰੀ ਕੀਤੀ, ਉਸ ਤੋਂ ਬਾਅਦ ਜਦੋਂ ਹੁਣ ਵਰਕ ਪਰਮਿਟ ਅਪਲਾਈ ਕਰਕੇ ਉਹਨੂੰ ਕੰਮ ਕਰਨ ਦੀ ਸੁਵਿਧਾ ਹੋਈ ਸੀ, ਤਾਂ ਵਿਚਾਰੀ ਦੀ ਬ੍ਰੇਨ ਹੈਮਰੇਜ ਨਾਲ ਮੌਤ ਹੋ ਗਈ। ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਸਾਡੇ ਪਰਿਵਾਰ ਨਾਲ ਸਾਡੇ ਵਿਦੇਸ਼ ਵਿੱਚ ਵੱਸਦੇ ਦੇਸ਼ ਵਿੱਚ ਵੱਸਦੇ ਬੱਚਿਆਂ ਨੇ ਸਾਡੇ ਪਰਿਵਾਰ ਦੀ ਮਦਦ ਕੀਤੀ ਹੈ, ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੀ। ਅਸੀਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ, ਮੇਰੇ ਬ੍ਰਦਰ ਦੀ, ਜੋ ਕਿ ਆਪਣੀ ਸਾਰੀ ਪ੍ਰੋਪਰਟੀ ਵੇਚ ਕੇ ਬੱਚੇ ਦੀ ਪੜ੍ਹਾਈ ਉੱਪਰ ਲਾ ਰੱਖੀ ਹੈ, ਅਤੇ ਸਰਕਾਰ ਸਾਡੀ ਇਸ ਦੁੱਖ ਦੀ ਘੜੀ ਵਿੱਚ ਫਾਈਨੈਂਸ਼ਲੀ ਮਦਦ ਕਰੇ। ਬੇਟੀ ਕਨੇਡਾ ਗਈ ਹੋਈ ਸੀ ਪਲੱਸ ਟੂ ਕਰਨ ਤੋਂ ਬਾਅਦ, 2 ਸਾਲ ਦੀ ਸਟੱਡੀ ਦੀ ਵੀਜ਼ੇ 'ਤੇ ਗਈ ਸੀ। ਸਟੱਡੀ ਪੂਰੀ ਹੋਣ ਤੋਂ ਬਾਅਦ ਤੋ ਉਹਦੇ ਕੋਲ ਹਜੇ ਵਰਕ ਪਰਮਿਟ ਹੈ ਨਹੀਂ ਸੀ, ਅਪਲਾਈ ਕੀਤਾ ਹੋਇਆ ਸੀ, ਅਚਾਨਕ ਜਿਹੜੀ ਉਹਦੀ ਮੌਤ ਹੋ ਗਈ। ਬਹੁਤ ਹੀ ਪਰਿਵਾਰ ਦੇ ਉੱਪਰ ਇੱਕ ਦੁੱਖ ਦਾ ਪਹਾੜ ਜਿਹੜਾ ਗਿਰਿਆ, ਔਰ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਉਸ ਸਾਡੀ ਬੇਟੀ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਤੋਂ ਭਾਣਾ ਮੰਨਣ ਦਾ ਬਲ ਬਖਸ਼ੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਉੱਥੇ ਦੇ ਸਾਡੇ ਵੀਰ ਨੇ NRI, ਉਹਨਾਂ ਨੇ ਜੋ ਉੱਥੇ ਦੀ ਜਾਣਕਾਰੀ ਦਿੱਤੀ ਹੈ ਕਿ ਉੱਥੇ ਦੇ ਹਾਲਾਤ ਨੇ ਜਿਹੜੇ ਕਨੇਡਾ ਦੇ ਵਿੱਚ, ਅੱਜ ਕੱਲ੍ਹ ਬੱਚਿਆਂ ਦੇ ਹਾਲਾਤ ਮਾੜੇ ਨੇ, ਕਿਉਂਕਿ ਉੱਥੇ ਅਟੈਕ ਦੇ ਨਾਲ 1-2 ਜਿਹੜੀਆਂ ਮੌਤਾਂ ਨੇ ਡੇਲੀ ਹੋ ਰਹੀਆਂ ਨੇ, ਔਰ ਇਹਦਾ ਕਾਰਨ ਕੀ ਨੇ ਇਹਦੇ 'ਤੇ ਜ਼ਰੂਰ ਸਾਨੂੰ ਸੋਚਣਾ ਚਾਹੀਦਾ। ਅਗਲਾ ਇਹ ਹੈ ਕਿ ਜਿਹੜਾ ਬੱਚਾ
ਭਵਿੱਖ ਬਣਾਉਣ ਲਈ ਇੰਨੇ ਪੈਸੇ ਲਾ ਕੇ ਜਾਂਦਾ, ਜਦੋਂ ਉਹਦੇ ਤੇ ਇਹ ਵਿਪਤਾ ਪੈਂਦੀ ਹੈ, ਉਹਦੇ ਬਹੁਤ ਹੀ ਜਾਣੀ ਦਰਦ ਹੈ ਜਿਹੜਾ ਸਾਡੇ ਪੰਜਾਬੀਆਂ ਨੂੰ, ਸਾਡੇ ਵੀਰਾਂ ਨੂੰ ਆਪਦੇ ਉੱਤੇ ਝੱਲਣਾ ਪੈਂਦਾ, ਕਿਉਂਕਿ ਪਿੱਛੇ ਪਰਿਵਾਰ ਵੀ ਹੈ ਜਿਹੜਾ ਉਹ ਵੀ ਬਰਬਾਦ, ਤੇ ਦੂਜਾ ਜਿਹੜਾ ਬੱਚਾ ਹੈ ਉਹ ਵੀ ਸਾਡੇ ਤੋਂ ਵਿਛੜ ਗਿਆ। ਔਰ ਨਾਲ ਦੀ ਨਾਲ ਮੈਂ ਬੇਨਤੀ ਉਹਨਾਂ ਵੀਰਾਂ ਨੂੰ ਜਿਹੜੇ NRI ਵੀਰਾਂ ਨੇ ਇਸ ਬੱਚੀ ਦੀ ਲਾਸ਼ ਪਿੰਡ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ, ਸਾਡੇ ਸੱਦੇ ਤੇ ਫੁੱਲ ਚੜਾਏ ਨੇ, ਸਾਰਿਆਂ ਦਾ ਧੰਨਵਾਦ ਕਰਦੇ ਹਾਂ।